हाँ जी गुड मॉर्निंग जी सत श्रीकाल मैं लगता गुड आफ्टरनून हो हाँ जी गुड आफ्टरनून सवा बारह हो गया तो हूँ आप चले हाँ तुम कहना रेडी हो एनक तो अंदाजा लाया होना कैरन की ड्रेस तो अंदाजा लाया होना मेरी टी शर्ट तो अंदाजा लाया होना पर सारा कुछ सही आ आप सच्ची चले हाँ चले कितने आप नवा शहर नवा शहर तो बाद अज पर आप चले गए स्पैशल जगह पर कैरन लो जी कैरन सवेर की चामली पी नट नट के काम कर दी पे कोई भी काम कहो गई किरण अच किरण छड़ के रहा नहीं यार रहेंगे एक दिन चिल मारा हूँ दो चार दिन आई ना यार ने पार्टी करनी है हूँ ठीक है तो चलो फिर हम आप हम चलीए फिर मिलते हैं बाकी हम किरण करूँ गल अच खुश बहुत है सवेर की बेचारी भजी फिर रोटी ले लो पानी ले लो कपड़े फड़ाने भजी फिर कहदिया गलां बातें है चाहे बहुत चढ़िया है किरण चलो लो जी अपना कैमरामैन कैमरा पकड़ लीजिए ते चलो ठीक है फिर हुण गड्डी च बक्खी आ गई चलो ठीक है फिर हुण असीं मिलदे आ ओ निकल गई ओए असीं फिर मिलदे आ तुहानूं हुण गड्डी च बहि गए शहर पहलां किन्ने ही सारे काम आ पहलां ओह करांगे मैं शॉपिंग करनी आ ते फिर उस तों बाद च आपां चलदे आ ठीक आ की बोलिया ओ तूं तां वेहले आ अच्छा पैर लेके आ पाउन है तेरे को मैं भी देख करता हूं तसी जो स्कूल ने जाना मम्मी आई उधर मैं उधर खड़ जाना मम्मी इधर जाना उधर मां पैर लो जा बे चंगा मम्मी बाय चलो ड्राइवर चल गेट खोल दे बहुत चल बाहर थल्ले उतर गाड़ी जाओ तेरे को बुलाओ तू कहना मुझे गाड़ी च बैठ गई थल्ले उतर गेट खोल जा चल देखी ना खोल के ਖਰਚੇ ਕਰਾਤਾ ਮੇਰਾ ਇਹਨਾਂ ਮੈਂ ਤਾਂ ਦੇਖਣ ਵਾਲੇ ਕੱਪੜੇ ਲੈ ਲਿਆ ਅੱਜ ਕਹਿਣ ਸਾਡਾ ਸੇਲ ਚੱਲੇਗਾ ਸੇਲ ਚੱਲੇਗਾ ਬਾਈ ਦੀ ਮਾਰਗਟ ਨਹੀਂ ਨਹੀਂ ਬਾਈ ਦੀ ਨਹੀਂ ਉਹ ਕਹਿੰਦੇ ਸਾਡਾ ਹੋਰ ਪਾਸੇ ਸਮਾਨ ਆਉਂਦਾ ਮਹਿੰਗਾ ਹੀ ਸਮਾਨ ਯਾਰ ਉੱਥੇ ਸਾਥ ਤੋਂ ਚੰਡੀਗੜ੍ਹ ਲੈ ਆਇਆ ਕਰਕੇ ਨਾ ਆਪਣੇ ਇੱਕ ਵਾਰੀ ਜਾ ਕੇ ਚਾਲਾ ਗਰਮੀ ਵਾਲੇ ਸਾਰੇ ਉਹ ਸੇਲ ਹੋ ਤੇ ਕਰਨ ਦੇ ਫੱਟ ਵੀਰ ਵਾਲੇ ਉਹਦੇ ਚਾਰ ਚਾਰ ਪੂਰੀ ਜਾਂਦੀ ਨੇ ਪੈਰ ਮਾਰੇ ਉਹਨਾਂ ਦੇ ਜਿਹੜਾ ਉਹਨੇ ਲੋਹੇ ਦੇ ਪੈਜ ਤੋਂ ਕੱਪੜੇ ਨਹੀਂ ਹੁੰਦੇ ਆ ਉਹ ਚੀਜ਼ ਆ ਤੇ ਹੁਣ ਇਹਦੇ ਪੱਖੇ ਚੱਲਦੇ ਤਾਂ ਕਰਕੇ ਆਵਾਜ਼ ਨਹੀਂ ਸੁਣਨੀ ਬਾਹਰ ਜਾ ਕੇ ਬਣਾਉਣੇ ਕਲਿੱਪ ਇਹ ਜਿਹਨੇ ਪੁੱਠੇ ਸਿੱਧੇ ਕੰਮ ਕਰਨੇ ਆ ਚਾਮਲਿਓ ਕਰਨਾ 200 ਦੇ ਸੂਟ ਲੈ ਕੇ ਉਹ ਫਿਰ ਐਦੇ ਹੋ ਜਾਂਦਾ ਹੁੰਦਾ ਹੁਣ ਸੂਟ ਸਿਲੈਕਟ ਹੋ ਰਹੇ ਆ ਬਸ ਕਰੀਏ ਕਿੰਨੀ ਦੁਕਾਨ ਜਾ ਕੇ ਤੈਨੂੰ ਇੰਨਾ ਪਤਾ ਫਿਰ ਮੈਂ ਤਾਂ ਰੱਜੀ ਨਹੀਂ ਮੈਂ ਚੱਲਾਂ ਆ ਫਿਰ ਆ ਜੀ ਬੱਜ ਬੱਸੇ ਚੜ ਕੇ ਹੋਰ ਤਾਂ ਕੀਤਾ ਪਿਆ ਮੈਨੂੰ ਵਲੌਗ ਵਲੌਗ ਹੀ ਬਣਾ ਲਾ ਕੁਛ ਚੀਜ਼ਾਂ ਲੈਣਾ ਲੁਹਾਈਆਂ ਮੰਮੇ ਨੀ ਗਰਮੀ ਆਏ ਨਾ ਕਹਿੰਦੇ ਵੀਡੀਓ ਨਾ ਬਣਾ ਨਾ ਬਣਾ ਯਾਰ ਗਰਮੀ ਬਹੁਤ ਲੱਗਦੀ ਆ ਗੱਡੀ ਤਪੀ ਪਈ ਯਾਰ ਪੂਰੀ ਗੱਡੀ ਗਰਮ ਹੋ ਗਈ ਯਾਰ ਚਲੋ ਹਾਂਜੀ ਤੇ ਅਸੀਂ ਨਾ ਮੇਰੇ ਲਈ ਕੱਪੜੇ ਲੈਣੇ ਸੀਗੇ ਉਹ ਵੀ ਲੈ ਲਏ ਤੇ ਹੋਰ ਕੀ ਲੈਣਾ ਸੀ ਉੱਚਾ ਰੱਖ ਮਨੇ ਹਵਾ ਨਾ ਥੋੜਾ ਜਿਹਾ ਦੋ ਚਾਰ ਕੁ ਚੀਜ਼ਾਂ ਲੈਣੀਆਂ ਸੀਗੀਆਂ ਉਹ ਵੀ ਲੈ ਲਈਆਂ ਇੱਕ ਨਾ ਮੈਂ ਸਾਨੂੰ ਵਿਆਹ ਆ ਉਹਦੇ ਵਾਸਤੇ ਸੂਟ ਉਹ ਲੈਣੇ ਸੀਗੇ ਉਹ ਬਟ ਹਜੇ ਪੁੰਨੇ ਨੇ ਲੈ ਕੇ ਦਿੱਤੇ ਉਹ ਹਜੇ ਲੈਣੇ ਆ ਤੇ ਉਸ ਤੋਂ ਪਹਿਲਾਂ ਹੁਣ ਅਸੀਂ ਸਪਾ ਕਰਾ ਲਈਏ ਪਵਨੇ ਨੂੰ ਵੇਚਿਆ ਕਿਤੇ ਦੁਕਾਨ ਦੁਕਾਨ ਤੇ ਮੈਨੂੰ ਦੋ ਦਿਨ ਤੋਂ ਛੱਡ ਕੇ ਰਹਾ ਕੰਮ ਅੱਛਾ ਤੁਸੀਂ ਆਪ ਦੱਸੋ ਮੈਂ ਕਿਦਾਂ ਦਾ ਕੁਛ ਲਿਆ ਆ ਮਾਲ ਦੀ ਗੱਲ ਆ ਸਾਰਾ ਦਿਨ ਖਰਚਦੀ ਰਹਿੰਦੀ ਪੈਸੇ ਚਲੋ ਸਪਾ ਕਰਾ ਲਈਏ ਕਿ ਟਾਈਮ ਬਹੁਤ ਹੋ ਗਿਆ ਇੱਕ ਬਾਹਰ ਇੰਨੀ ਧੁੱਪ ਸੀਗੀ ਨਾ ਅਸੀਂ ਘੁੰਮ ਫਿਰ ਕੇ ਤੁਰ ਕੇ ਆਏ ਆ ਸਾਰੇ ਬਾਜ਼ਾਰ 'ਚ ਤੇ ਉੱਥੇ ਸਾਨੂੰ ਬਹੁਤ ਜਣੇ ਮਿਲੇ ਵੀ थैंक यू सो मच बहुत बुरा हाल होया गर्मी पर आज चलिए फिर चलो हुन करा लिए मड़े फिर मिलदे हां मिलदे हां थोड़ी देर बाद घर जाके थाने मैं कपड़े दिखाऊंगी अपने घर पाण वाले चला चलो चंगा तां मैं अपने ले आई हां थोड़ी लिया पवन मेनू गुस्से हो गया
ਚਮਲ ਤੋਂ ਮੇਰੇ ਪੈਸੇ ਤਨ ਕਿੰਨੇ ਪੈਸੇ ਲੱਗੇ ਅੱਜ ਲੁੱਕ ਐਟ ਦੀ ਫੇਸ ਕਿੰਨੇ ਲੱਗੇ ਸੱਚੀ ਦਾ ਦੱਸ 10,000 ਹਾਂ 10,000 ਕਿੱਦਾਂ 10 ਲੱਗ ਗਿਆ 10,000 ਲੱਗ ਗਿਆ ਤੈਨੂੰ ਪਤਾ ਲੱਗਦਾ ਖਰਚੇ ਨੂੰ ਮੈਂ ਦੱਸ ਦੇਣਾ ਕਿੰਨੇ ਦੇ ਲੈ ਦਿੱਤੇ ਮੈਨੂੰ ਕੱਪੜੇ ਦੱਸ ਦੇ ਸਸ ਤੂੰ ਜੀ ਆ ਹੈ ਚਲੋ ਮਿਲਦੇ ਆ ਮੜਿਆ ਹੈਡ ਵਾਸ਼ ਕਰਾ ਲਈਏ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਤੋਂ ਬਚਦੇ ਬਚਦੇ ਅਸੀਂ ਇੱਥੇ ਆ ਗਏ ਹੁਣ ਸਲੂਨ ਦੇ ਵਿੱਚ ਇੱਥੇ ਕਿ ਮੜ ਜਾ ਆਰਾਮ ਜਿਹਾ ਪੈ ਗੂੰਗੇ ਇੱਥੇ ਏਸੀ ਲੱਗਾ ਆ ਗੱਡੀ ਵਿੱਚ ਵੀ ਏਸੀ ਆ ਪਰ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਘੁੰਮ ਤਰੇ ਇੱਕ ਘੰਟਾ ਪੂਰੀ ਗਰਮੀ ਆ ਜੀ ਇੱਕ ਮੈਨੂੰ ਤੇ ਮੇਰੇ ਡੈਡੀ ਨੂੰ ਬੜੀ ਗਰਮੀ ਆਉਂਦੀ ਆ ਬਾਕੀ ਵਿਹਲੇ ਬੈਠੇ ਤਾਂ ਵੀ ਗਰਮੀ ਆ ਜਾਂਦੀ ਆ ਅਤੇ ਹੁਣ ਕਹਿ ਰਹੇ ਸਪਾ ਵਗੈਰਾ ਕਰਾ ਲਵੇ ਫਿਰ ਉਹ ਤੋਂ ਬਾਅਦ ਵਜੇ ਆਪਾਂ ਤੁਹਾਨੂੰ ਮਿਲਦੇ ਹਾਂ ਦੁਬਾਰਾ ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਠੀਕ ਆ ਜਦ ਤੱਕ ਆਪਾਂ ਮੈਂ ਟਾਈਮ ਪਾਸ ਕਰ ਲਵਾਂ ਆਪਣਾ ਕਿਸ ਤਰ੍ਹਾਂ ਮੇਰੇ ਵਾਲ ਨਾ ਬਹੁਤ ਜ਼ਿਆਦਾ ਡਰਾਈ ਹੋ ਗਏ ਸੀ ਜਦੋਂ ਮੈਂ ਵਾਸ਼ ਕੀਤੇ ਸੀ ਤੇ ਵਾਲ ਡਰਾਈ ਜੇ ਹੋਏ ਸੀ ਤੇ ਤਾਂ ਕਰਕੇ ਵਧੀਆ ਨੀ ਲੱਗਦੇ ਸੀਗੇ ਮਤਲਬ ਫਿਰ ਮੈਂ ਪੁੱਛਿਆ ਸੀਗਾ ਫਿਰ ਦੀਦੀ ਕਹਿੰਦੇ ਸੀ ਤੁਸੀਂ ਇੱਕ ਵਾਰ ਸ਼ੈਂਪੂ ਕਰਵਾ ਕੇ ਦੇਖ ਲਓ ਇੱਥੋਂ ਵੀ ਅਗਰ ਲੱਗਾ ਠੀਕ ਤਾਂ ਵੀ ਠੀਕ ਆ ਨਹੀਂ ਤਾਂ ਤੁਸੀਂ ਸਪਾ ਅਗਰ ਤੁਹਾਡਾ ਦਿਲ ਕੀਤਾ ਤਾਂ ਲੈ ਲਓ ਫਿਰ ਮੈਂ ਆਪਣੀ ਮਰਜ਼ੀ ਮੈਂ ਕਿਹਾ ਸਪਾ ਕਰਵਾ ਹੀ ਰਹਿੰਦੀ ਹਾਂ ਬਟ ਹੁਣ ਬਹੁਤ ਸੜਨ ਲੱਗ ਗਿਆ ਉਹਨੇ ਤੁਹਾਡਾ ਕੀ ਦੇਖਿਆ ਹਰ ਵਾਰ ਤੁਸੀਂ ਮੇਰੇ ਹੱਕ 'ਚ ਬੋਲਿਆ ਕਰੋ ਮੇਰੇ ਹੱਕ 'ਚ ਬੋਲਿਆ ਕਰਨ ਮਸੂਮ ਤੂੰ ਬਹੁਤ ਹੈ ਜਿਹੜੀ ਮੈਂ ਨਾ 3 ਟੀ ਸ਼ਰਟਸ ਲਈਆਂ 2 ਲੋਅਰ ਲਏ ਘਰੇ ਪਾਉਣ ਵਾਸਤੇ ਬਹੁਤ ਖਰਚਾ ਤੇਰਾ ਕਹਿੰਦਾ ਇਥੋਂ ਲੈ ਕੇ ਦੇਣੇ ਕੱਪੜੇ ਪਵਨੇ ਨੂੰ ਸੱਚ ਅਸੀਂ ਤਾਂ ਆਏ ਸੀਗੇ ਵੀ ਆਪਾਂ ਆਪਣਾ ਉਹ ਵੀ ਦੇਖ ਕੇ ਜਾਣਾ ਜਾਂਦੇ ਹੋਏ ਨੇ ਟਰੈਕਟਰ ਉਹ ਵੀ ਖਬਰ ਲੈ ਲਈਏ ਮੜੇ ਹੀ ਹੈ ਨਾ ਕਿੰਨਾ ਕੰਮ ਹੋਇਆ ਮੁੜ ਗਏ ਸੀ ਹੁਣ ਫੇਰ ਮੁੜ ਕੇ ਪਿੱਛੇ ਸੱਚ ਜਿੱਥੋਂ ਨਾ ਆਹ ਕਰਾਉਣੀ ਹੁੰਦੀ ਨਾ ਮੈਂ ਵਾਲ ਤੁਸੀਂ ਜਾਣਦੇ ਹੀ ਆ ਸਲੂਨ 7 ਤੇ ਉਹਨੇ ਸਾਨੂੰ ਫੇਸ ਮਾਸਕ ਕਰਾਇਆ ਬੜੇ ਟੇਸਟੀ ਉਹਨਾਂ ਨੂੰ ਪਹਿਲਾਂ ਹੀ ਪਤਾ ਉਹਨਾਂ ਨੇ ਕਹਿਤਾ ਹੀ ਟੇਸਟੀ ਸੀ ਉਸੇ ਮੈਨੂੰ ਸੰਗ ਲਾਦੀ ਸੀ ਖਾਂਦੀ ਨੂੰ ਮੈਂ ਕਿਹਾ ਟਰੈਕਟਰ ਦਿਖਾਉਣਾ ਸੋਹਣਾ ਜਿਹਾ ਬਣਾ ਕੇ ਸੋਹਣਾ
ਜਿਹੜੇ ਮਾਰਦੀ ਜਾਣਾ ਅਸੀਂ ਉਧਰ ਜਾਣਾ ਲੱਗਣੀ ਤੇ ਉਹ ਦੇਖੋ ਪਹਿਲਾਂ ਜਿਹੜੀ ਆਪਣੀ ਉਹ ਤਰਪਾਲ ਆ ਨਾ ਉਹਦੀ ਬਸ ਇੰਨੀ ਕੁ ਰਹਿ ਗਈ ਨਿਸ਼ਾਨੀ ਬਾਕੀ ਪਤਾ ਨੀ ਰਾਤ ਕਿਤੇ ਉੱਡ ਗਏ ਨੇ ਇਹਨੂੰ ਰੀਜੇ ਛੱਡਣ ਚੱਲਾ ਆ ਤੇ ਕਿਰਨ ਨੂੰ ਛੱਡ ਕੇ ਫਿਰ ਮੈਂ ਵਾਪਸ ਆ ਜਾਣਾ ਤੇ ਫਿਰ ਠੀਕ ਹੈ ਕਹਿਣ ਮੇਰੇ ਮੇਰੇ ਦਿਲ ਮੇਰਾ ਨਾ ਲੱਗੇ ਫੋਨ ਮਾਰਦਾ ਯਾਰ ਹੁਣੀ ਰਾਤ ਨੂੰ ਆ ਜੂਗੇ ਉਹ ਜੇ ਤੇਰਾ ਰਾਤ ਨੂੰ ਵੀ ਦਿਲ ਨਾ ਲੱਗਾ ਨਾ ਇੱਕ ਵਾਰੀ ਫੋਨ ਮਾਰਦਾ 20 ਮਿੰਟਾਂ ਜੱਟ ਉੱਥੇ ਹਾਜ਼ਰ ਹੋ ਗਿਆ ਪਾਂਪੇ ਜੀ ਚੰਗਾ ਜੀ ਹੈ ਕਰਦੀ ਹੁਣ ਤੁਹਾਡੇ ਕਿਰਨੀ ਗੱਲ ਬਲੌਗ ਬਣਾ ਲਈ ਉੱਥੇ ਜਾ ਕੇ ਇਹ ਗੱਲ ਦੂਜੀ ਵਿੱਚ ਚੱਲੀ ਕਰਨੀ ਆ ਉਹ ਮੈਂ ਇੱਕ ਤੈਨੂੰ ਛੱਡ ਕੇ ਆ ਮੈਂ ਇੱਕ ਦਿਨ ਬਲੌਗ ਵੀ ਆਇਆ ਬਣਾਵਾਂ ਚੱਲ ਕੋਈ ਗੱਲ ਨਹੀਂ ਦੇਖਦੇ ਚੱਲ ਨਿਕਲ ਤੈਨੂੰ ਪਿੱਛੇ ਗੇਟਾਂ ਤੋਂ ਲੈਣਾ ਆਪੇ ਚੱਲ ਜੀ ਘਰ ਨੂੰ ਮਿਲਣਾ ਦੇਖੀ ਕਿੱਡੀ ਇਹ ਰੁੱਸੀ ਹੋ ਸੀਗੀ ਦੁਬਾਰਾ ਮਿਲ ਕਿਉਂ ਠੀਕ ਆ ਉਹਦੇ ਕੂਲਰ ਤੇ ਚੜਿਆ ਸੀ ਵਿੱਚ ਡੈਡੀ ਨੂੰ ਤੰਗ ਕੀਤਾ ਵੇ ਉਹਨੇ ਚੰਗਾ ਮੰਮੀ ਬਾਏ ਡੈਡੀ ਬਾਏ ਬਾਏ ਚੰਗਾ ਠੀਕ ਆ ਟਾਈਮ ਦੇਖੋ ਕਿੰਨਾ ਹੋਇਆ 6:08 ਵਲੌਗ ਇੱਧਰ ਪੈਂਦੇ ਰਾਸਤਿਆਂ 'ਚ ਖੜ ਕੇ ਦੇਖ ਲਓ ਕਰੋ ਅਸੀਂ ਤੁਰੇ ਹਾਂ 5:30 ਦੇ 5:30 ਦੇ ਵਲੌਗ ਨਹੀਂ ਪੈਂਦਾ ਸੀਗਾ ਇੱਧਰ ਜਾਂਦੇ ਨੂੰ ਇੱਥੇ ਨੈਟਵਰਕ ਆਇਆ ਤੇ ਇੱਥੇ ਕੱਟ ਕੇ ਦੁਬਾਰਾ ਵਲੌਗ ਪਾਇਆ ਸਟਰਗਲ ਇੰਨੀ ਮਿਹਨਤ ਕਰਦੇ ਆ ਅਸੀਂ ਇਹ ਦੇਖ ਲਓ ਤੁਸੀਂ ਕਮਾਲ ਦੀ ਗੱਲ ਆ ਤੁਸੀਂ ਵੀਡੀਓ ਨਹੀਂ ਦੇਖਦੇ ਸਾਡੀ ਸਹੀ ਗੱਲ ਆ ਚਲੋ ਮਿਲਦੇ ਆ ਬਸ ਅੱਧੇ ਕੁ ਘੰਟੇ ਚ ਆਪਾਂ ਘਰੇ ਆਉਣਾ 15-20 ਮਿੰਟਾਂ ਚ ਘਰੋਂ ਵੀ ਨਿਕਲਦੇ ਹੀ ਅੱਧਾ ਪੌਣਾ ਘੰਟਾ ਲਾ ਦਈਦਾ ਤੈਨੂੰ ਪਤਾ ਪਤਾ ਨਹੀਂ ਸਾਡਾ ਨਿਕਲ ਨੂੰ ਦਿਲ ਨਹੀਂ ਕਰਦਾ ਹੁੰਦਾ ਮਿਲਦੇ ਹੀ 25-12 ਪਹਿਲਾਂ ਜਿੱਦਾਂ ਕੈਨੇਡਾ ਨੂੰ ਚੱਲੇ ਹੁੰਦੇ ਆ ਕੈਨੇਡਾ ਨੂੰ ਜਾਂਦੇ ਹੋ ਚਲੋ ਠੀਕ ਆ ਫਿਰ ਮਿਲਦੇ ਆ ਠੀਕ ਆ ਜੀ ਬਾਏ ਬਾਏ ਲੋ ਜੀ ਅਸੀਂ ਆ ਗਏ ਸੀਗੇ ਘਰੇ ਤੇ ਲਾਈਟ ਹੈ ਨਹੀਂ ਜਿੱਥੇ ਜਾਈਦਾ ਲਾਈਟ ਉੜ ਜਾਂਦੀ ਆ ਜੇ ਅਸੀਂ ਇੱਧਰ ਪਿੰਡ 'ਚ ਬੜੇ ਹੀ ਆ ਉੱਪਰ ਪਾਰਕ ਵਾਲੇ ਬਣੇ ਉਹਨੇ ਬੈਠ ਲਾਈਟ ਤੇ ਮੇਰਾ ਔਖਾ ਬੁਰਾ ਹਾਲ ਹੈ ਪਰ ਉਦ ਹਵਾ ਚੱਲਦੀ ਹੁਣ ਮਾੜੀ ਮਾੜੀ ਚਲੋ ਹੁਣ ਤੁਸੀਂ ਨਿਕਲੋ ਹੁਣ ਰੋਕ ਲਓ ਹੁਣ ਰੋਟੀ ਪਾਣੀ ਖਾ ਕੇ ਜਾਵਾਂ ਰੋਟੀ ਕਾ ਬਣਾਣੀ ਆ ਰੋਟੀ ਪਾਣੀ ਨਹੀਂ ਬਣਿਆ ਇੱਥੇ ਸਾਡੇ ਚਲੋ ਅਸੀਂ ਤਾਂ ਗੁਰਦੁਆਰੇ ਜਾਣਾ ਖਾਣ ਜਾਓ ਖਾਓ ਮੈਂ ਚੱਲਾਂ ਕੋਹਣੇ ਹੁਣੀ ਘੁੰਮਣ ਲੱਗੀ ਉਹ ਆਪਣੇ ਸਹੁਰੇ ਪਿੰਡ 'ਚ ਐ ਨਜ਼ਾਰੇ ਮੰਦਾ ਮੁੰਡਾ ਜੀ ਤੇ ਟਾਈਮ ਹੋ ਗਿਆ 9:30
ਪੇਟ ਪੂਜਾ ਕੁਛ ਕਰ ਲਈ ਆ ਉੱਥੇ ਤੇ ਹੁਣ ਘਰੇ ਜਾ ਕੇ ਗਾਲਾਂ ਖਾ ਲਈਆਂ ਥੋੜੀਆਂ ਜਿਹੀਆਂ ਕਿਉਂਕਿ ਟਾਈਮ ਬਹੁਤ ਹੋ ਗਿਆ, ਲਾਈਟ ਹੈ ਨਹੀਂ ਸੀ ਇਸ ਕਰਕੇ ਅਸੀਂ ਬਾਹਰ ਨਿਕਲੇ ਸੀਗੇ ਤੇ ਖਾਣ ਪੀਣ ਲਈ। ਹੁਣ ਮੰਮੀ ਹੋਣਾ ਵਾਸਤੇ ਲੈ ਲਿਆ ਥੋੜਾ ਜਿਹਾ ਕੁਛ ਖਾਣ ਵਾਸਤੇ ਤੇ ਹੁਣ ਅਸੀਂ ਤੁਹਾਨੂੰ ਘਰੇ ਜਾ ਕੇ ਮਿਲਦੇ ਹਾਂ ਸਿੱਧਾ 10-15 ਮਿੰਟਾਂ ਬਾਅਦ ਚ। ਗੱਡੀ ਅਸੀਂ ਲਾਤੀ ਆ, ਚੱਲੀਏ ਆ ਫੜੋ ਮੰਮੀ ਹਾਂ ਚਲੋ। ਤੇ ਲਓ ਜੀ ਟਾਈਮ ਹੋ ਗਿਆ 10:30 ਤੇ ਹੁਣ ਅਸੀਂ ਘਰੇ ਆਏ ਹਾਂ ਤੇ ਰੋਟੀ ਖਾਣ ਲੱਗੇ ਹਾਂ। ਥੋੜ੍ਹੀ ਥੋੜ੍ਹੀ ਭੁੱਖ ਆ ਉਦੋਂ, ਦੋ ਤਾਂ ਪਰ ਫਿਰ ਵੀ ਖਾਣੀਆਂ ਬਣੀਆਂ ਕਿਉਂਕਿ ਜਦੋਂ ਨੂੰ ਮੈਂ ਮੰਮੀ ਨੂੰ ਇਨਫੋਰਮ ਕੀਤਾ ਕਿ ਆਪਾਂ ਕੁਛ ਖਾਣ ਲੱਗ ਪਏ ਹਾਂ ਉਦੋਂ ਨੂੰ ਮੰਮੀ ਨੇ ਬਣਾ ਲਈਆਂ ਸੀਗੀਆਂ। ਕੋਈ ਗੱਲ ਨਹੀਂ, ਦੋ ਦੋ ਰੋਟੀਆਂ ਖਾ ਕੇ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਬਾਕੀ ਤੁਸੀਂ ਸੋਚਦੇ ਹੋਣੇ ਵੀ ਮੰਮੀ ਹੋਣਾ ਨੂੰ ਤਾਂ ਤੁਸੀਂ ਦਿਖਾਉਂਦੇ ਨਹੀਂ ਹੈਗੇ, ਕੀ ਫਾਇਦਾ ਆ ਜਾਂ ਕੁਛ ਵੀ ਆ। ਯਾਰ ਮੈਂ ਹਜੇ ਦਿਖਾ ਨਹੀਂ ਸਕਦੀ ਫਿਲਹਾਲ ਕਿਉਂਕਿ ਮੰਮੀ ਹੁਣੀ ਕੰਫਰਟੇਬਲ ਨਹੀਂ ਹੈਗੇ ਕੈਮਰੇ ਦੇ ਅੱਗੇ ਅਤੇ ਉਹਦੇ ਕਰਕੇ ਹੋਪਸੋ ਤੁਸੀਂ ਸਮਝੋਗੇ ਸਾਰੇ, ਕਿਉਂਕਿ ਕਾਫੀ ਜਣਿਆਂ ਦੇ ਪੇਰੈਂਟਸ ਨੂੰ ਹੁੰਦੀ ਆ ਇੱਦਾਂ ਪ੍ਰੋਬਲਮ। ਅਤੇ ਬਾਕੀ ਮੇਰਾ ਪੂਰਾ ਪਲੈਨ ਸੀ ਇਸ ਵਾਰ ਕਿ ਮੈਂ ਰਹਿ ਕੇ ਜਾਣਾ ਆ ਪਰ ਨਹੀਂ, ਆ ਇੱਕ ਵਲੋਗ ਕਰਕੇ ਮੇਰੇ ਤੋਂ ਰਿਹਾ ਨਹੀਂ ਜਾਂਦਾ ਬਿਲਕੁਲ ਵੀ। ਅਤੇ ਬਾਕੀ ਪਵਨਾ ਤੁਹਾਨੂੰ ਪਤਾ ਆ ਐਤਵਾਰ ਉੱਦਾਂ ਸਾਡੀ ਹੋ ਗਈ ਸੀ, ਮੈਂ ਕਿਹਾ ਪਵਨੇ ਮੈਂ ਪੱਕਾ, ਕਹਿੰਦਾ ਤੂੰ ਰਹਿ ਕੇ ਆਊਂਗੀ, ਮੈਂ ਕਿਹਾ ਹਾਂ ਮੈਂ ਪੱਕਾ ਰਹਿ ਕੇ ਆਊਂਗੀ, ਕਹਿੰਦਾ ਚੱਲ ਠੀਕ ਆ ਫਿਰ ਮੈਂ ਤੈਨੂੰ ਛੱਡ ਕੇ ਆਊਂਗਾ, ਮੈਂ ਕਿਹਾ ਚੱਲ ਠੀਕ ਆ। ਪਰ ਫਿਰ ਫੇਲ ਆ ਇਸ ਟਾਸਕ ਦੇ ਵਿੱਚ, ਇਹ ਟਾਸਕ ਸਾਡੇ ਤੋਂ ਹੋਣਾ ਨਹੀਂ ਮੈਨੂੰ ਲੱਗਦਾ ਕਦੇ ਵੀ, ਬਾਕੀ ਟਰਾਈ ਕਰਾਂਗੇ ਕਿਸੇ ਵੇਲੇ। ਅਤੇ ਚਲੋ ਹੁਣ ਰੋਟੀ ਖਾ ਲਈਏ। ਅੱਜ ਮੰਮੀ ਨੇ ਮਟਰਾਂ ਵਾਲੇ ਚੌਲ ਵੀ ਬਣਾਏ ਆ, ਆਲੂ ਬੜੀਆਂ ਦੀ ਸਬਜ਼ੀ ਪਵਨੇ ਦੀ ਫੇਵਰੇਟ ਆ, ਜਿਹੜੀ ਸੋਇਆਬੀਨ ਦੀਆਂ ਹੁੰਦੀਆਂ ਉਹ ਵੀ ਮੰਮੀ ਨੇ ਬਣਾਈਆਂ ਆ, ਅਤੇ ਕਾਲੀ ਦਾਲ ਮੇਰੀ ਫੇਵਰੇਟ ਆ ਉਹ ਵੀ ਬਣਾਈ ਹੈ, ਪਵਨੇ ਦੀ ਵੀ ਫੇਵਰੇਟ ਆ ਉਹ ਵੀ ਬਣਾਈ ਆ, ਅਤੇ ਭਿੰਡੀਆਂ ਮੇਰੀਆਂ ਫੇਵਰੇਟ ਆ ਉਹ ਵੀ ਬਣਾਈਆਂ ਆ। ਮੰਮੀ ਵਿਚਾਰੇ ਸਾਰਾ ਦੁਪਹਿਰਾਂ ਲੱਗ ਰਹੇ ਅਤੇ ਮੈਨੂੰ ਹੁਣ ਬੜਾ ਫੀਲ ਹੋਇਆ ਕਿ ਆਪਾਂ ਬਾਹਰ ਕਾਹਤੇ ਖਾ ਕੇ ਆ ਗਏ ਕੁਛ, ਸੋ ਇਸ ਕਰਕੇ ਦੋ ਰੋਟੀਆਂ ਖਾਣੀਆਂ ਹੀ ਖਾਣੀਆਂ ਆ। ਅਤੇ ਹੁਣ ਅਸੀਂ ਖਾ ਲਈਏ, ਮੰਮੀ ਹੋਣਾਂ ਲਈ ਮੈਂ ਪੀਜ਼ਾ ਲੈ ਕੇ ਆਈ ਸੀ, ਮੰਮੀ ਹੁਣ ਪੀਜ਼ਾ ਖਾਧਾ ਇੱਕ ਇੱਕ ਸਲਾਈਸ, ਅਤੇ ਬਾਕੀ ਦੇ ਤੱਕ ਮਾੜਾ ਆ ਕਿਸੇ ਨੂੰ। ਅਤੇ ਬਾਕੀ ਚਲੋ ਠੀਕ ਆ, ਹੁਣ ਮਿਲਦੇ ਹਾਂ ਅਸੀਂ, ਰੋਟੀ ਖਾ ਲਈ ਠੀਕ ਆ। ਪਵਨੇ ਜੀ ਨੂੰ ਵੀ ਦੇਖ ਲਈਏ ਕੀ ਕਰਦੇ ਆ। ਆਪਣਾ ਵੀ ਉੱਥੇ ਸੂਤ ਲਾ ਲਿਆ ਤੇ ਮੈਨੂੰ ਕਿੰਨੇ ਦੇ ਲੈ ਕੇ ਦਿੱਤੇ ਕੱਪੜੇ, ਆ ਜਿਹੜੀ ਮੈਂ ਟੀ ਸ਼ਰਟ ਅੱਜ ਪਾਈ ਹੋ ਨਾ ਇਹ ਲੈ ਕੇ ਦਿੱਤੀ ਆ, ਦੋ ਲੋਅਰ ਲੈ ਕੇ ਦਿੱਤੇ ਆ, ਚਲੋ ਫਿਰ ਠੀਕ ਆ, ਹੁਣ ਖਾ ਲਈਏ ਫਿਰ ਮਿਲਦੇ ਆ। ਰੋਟੀ ਖਾਣੀ ਪਵਨਾ ਛੇੜਦਾ ਹੁੰਦਾ ਹਰ ਵਾਰ, ਮੈਂ ਕਿਹਾ ਪਵਨੇ ਚੱਲ ਚੱਲੀਏ, ਕਹਿ ਦਿੰਦਾ ਆ ਲੈ ਤੁਸੀਂ ਕਦੇ ਮੁਰਗਾ ਤਾਂ ਖਿਲਾਉਂਦੇ ਨਹੀਂ ਹੈਗੇ, ਹਰ ਵਾਰੀ ਮੈਨੂੰ ਗਿਆਨ ਨੂੰ ਉੱਥੇ ਬੜੀਆਂ ਖਿਲਾ ਦਿੰਦੇ ਆ। ਆਹ ਗੱਲ ਹੁਣ ਮੰਮੀ ਹੁਣੀ ਵੀਡੀਓ 'ਚ ਸੁਣੂਗੇ ਅਗਲੇ ਦਿਨ, ਦੇਈ ਮਜ਼ਾਕ ਆ ਕਿਉਂਕਿ ਮੁਰਗਾ ਪਵਨਾ ਉਹੀ ਖਾਂਦਾ ਰਹਿੰਦਾ, ਇਹਨੂੰ ਬੜੀਆਂ ਦੀ ਸਬਜ਼ੀ ਫੇਵਰੇਟ ਹੈ ਪਵਨੇ ਦੀ, ਮੰਮੀ ਨੂੰ ਉੱਧਰ ਪਸੰਦ ਨਹੀਂ ਹੈਗੀ ਇਸ ਕਰਕੇ ਅਸੀਂ ਉੱਥੇ ਘੱਟ ਬਣਾਈ ਦੀ ਆ, ਇੱਥੇ ਪਵਨਾ ਜਦੋਂ ਆਉਂਦਾ ਨਹੀਂ ਬਣਾਈ ਦੀ ਆ ਬਟ ਘੱਟ। ਚਲੋ ਠੀਕ ਆ ਹੁਣ ਖਾ ਲਈਏ ਫਿਰ ਮਿਲਦੇ, ਗੱਲਾਂ ਹੀ ਮੁੱਕਣੀਆਂ ਹੈਗੀਆਂ। ਸਾਡੀ ਆਹ ਵਾਲੀ ਨਾ ਆਹ ਵਾਲੀ ਗਾਂ ਸੂਈ, ਇਹਨੇ ਆ ਕਿੰਨੀ ਸੋਹਣੀ ਅੱਛੀ ਦਿੱਤੀ ਹੈ, ਕਿੰਨੀ ਸੋਹਣੀ ਆ। ਹਾਂ ਹਾਂ ਬਹੁਤ ਛੋਟੀ ਜਿਹੀ ਆ ਉਹਦੇ ਮੁਕਾਬਲੇ, ਵੀ ਆਹ ਵੀ ਛੋਟੀ ਆ ਉਦਾਂ, ਆ ਇਸ ਤੋਂ ਵੀ ਛੋਟੀ ਆ, ਬੋਨੀ ਜਿਹੀ ਆ ਦੇਖੋ ਇੰਨੀ ਕੁ ਖੋਲੀ ਆ ਇਹਦੇ ਜਿੰਨੀ। ਹਾਂ ਕੀ ਹੋਇਆ ਤੇ 11 ਵੱਜ ਗਏ ਆ। ਅੱਛਾ ਕਿੱਦਾਂ ਰੋਟੀ ਖਾ ਲਈ? ਰੋਟੀ ਖਾ ਲਈ ਸਵਾਦ ਲੱਗੀ? ਹਾਂ ਕਿੰਨੀ ਇਹ ਸਵਾਦ ਸੀ, ਵਧੀਆ ਸੀ ਰੋਟੀ ਆਂ ਪੂਰੀ, ਝੂਠ ਝੂਠਾ ਹੀ ਆ।
ਤੇ ਹੋਰ ਦੱਸੋ ਕਿਦਾਂ ਠੀਕ ਠਾਕ ਨਹੀਂ ਨਹੀਂ ਬਹੁਤ ਬਹੁਤ ਸਵਾਦ ਸੀ ਬਹੁਤ ਸਵਾਦ ਸੀ ਮੈਂ ਜ਼ਿਆਦਾ ਰੱਜ ਕੇ ਮੈਂ ਤਾਂ ਸੌਣ ਲੱਗੀ ਮੈਂ ਤਾਂ ਕਿਰਨ ਨੂੰ ਕਹੀ ਤੂੰ ਹੀ ਲੈ ਲੈ ਕਲਿੱਪ ਲਾਸਟ ਪਰ ਹਟਦੀ ਕਿਤੇ ਦੱਬਦੀ ਕਿਤੇ ਨਹੀਂ ਇੱਥੇ ਵੀਡੀਓ ਸਹੀ ਬਣਦੀ ਸੋਹਣੀ ਬਣਦੀ ਹੈ ਨਾ ਹਾਂ ਕੀ ਇਦਾਂ ਹੈ ਉਹ ਕਿਹੜੀ ਗੱਲ ਹੋਈ ਬੱਲਬ ਪਤਾ ਕਿੰਨਾ ਵਧੀਆ ਲਵਾਇਆ ਵਾ ਕਿੰਨਾ ਵਧੀਆ ਲਾਇਆ 100 ਵਾਟ ਦਾ ਯਾਰ ਬੱਲਬ ਆ ਐਲਈਡੀ 100 ਵਾਟ ਦਾ ਬੱਲਬ ਲੱਗ ਗਿਆ ਐਲਈਡੀ ਐਲਈਡੀ ਹੋਵੇ चलो ਅਸੀਂ ਹੁਣ ਵੀਡੀਓ ਨੂੰ ਇੱਥੇ ਹੀ ਐਂਡ ਕਰ ਦਿੰਨੇ ਆ ਮਿਲਦੇ ਸਾਨੂੰ ਮੈਂ ਤਾਂ ਕਰਨ ਨੂੰ ਕਹਿੰਦਾ ਸੀ ਵੀ ਤੂੰ ਆਪੇ ਇਕੱਲੀ ਐਂਡਿੰਗ ਕਰ ਦੇ ਮੈਂ ਤਾਂ ਵੀਡੀਓ ਬਣਾ ਕੇ ਫੇਰ ਨੂੰ ਹੈਗਾ ਕੀ ਆ ਪਤਾ ਸੰਡੇ ਫੇਰ ਕੀ ਹੋਇਆ ਫਿਰ ਅਸੀਂ ਚੱਲਦੇ ਹਾਂ ਨਾ ਕੱਲ ਨੂੰ ਕੱਲ ਵਾਪਸ ਚਲ ਜਾਣਾ ਠੀਕ ਹੈ ਤੇ ਕੱਲ ਉਹ ਇੱਕ ਦੋ ਕੰਮ ਆ ਜਿਹੜੇ ਉਹ ਵੀ ਕਰਨੇ ਆ ਆਪਾਂ ਜ਼ਰੂਰੀ ਜ਼ਰੂਰੀ ਤੇ ਹੁਣ ਆਪਾਂ ਇੱਥੇ ਅੱਜ ਦਾ ਵਲੌਗ ਐਂਡ ਕਰਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਐਡ ਕਰ ਲਿਓ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਚ ਰੋਜ਼ੇ ਹੁੰਦਾ ਆ ਪਰ ਤੁਸੀਂ ਕਰਦੇ ਹੈ ਨਹੀਂ ਐਡ ਮੈਂ ਰੋਜ਼ੇ ਤੁਹਾਡੇ ਲਈ ਗਾਣੇ ਪਾਉਂਦੀ ਰਹਿੰਦੀ ਉੱਥੇ ਮੈਂ ਕਿਹਾ ਚੱਲ ਅੱਜ ਬਾਅਦ ਸੁਣੂਗੇ ਅੱਜ ਬਾਅਦ ਸੁਣੂਗੇ ਪਰ ਨਹੀਂ ਨਹੀਂ ਯਾਰ ਤੁਸੀਂ ਸੁਣਦੇ ਨਹੀਂ ਹੈਗੇ ਆ ਗਏ ਗਲਤ ਗੱਲ ਆ ਤੇ ਚੰਗਾ ਫਿਰ ਬਹੁਤ ਗਰਮੀ ਆ ਸੀ ਬੇੜੇ ਚ ਸੋਣਾ ਅੱਜ ਉੱਤੇ ਹਾਂ ਤੇ ਹੁਣ ਆਪਾਂ ਚੱਲੀਏ ਸੋਈਏ ਟੈਡ ਜਿਆਦਾ ਭਰਿਆ ਆ ਤੇ ਹੁਣ ਨੀਂਦ ਬਹੁਤ ਆਈ ਹੋਆ ਚੰਗਾ ਤੇ ਹੁਣ ਤੁਹਾਨੂੰ ਮਿਲਦੇ ਆ ਆਪਾਂ ਕੱਲ ਦੀ ਵੀਡੀਓ ਚ ਬਾਏ ਬਾਏ ਤੇ ਬਾਕੀ ਕਿਸਾਨ ਮਜ਼ਦੂਰ ਇੱਕ ਤਾਂ ਜ਼ਿੰਦਾਬਾਦ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।